ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅਫਗਾਨਿਸਤਾਨ ਦੀ ਸਥਿਤੀ ਸੁਰੱਖਿਆ ਪੱਖੋਂ ਨਵੇਂ ਸਵਾਲ ਖੜੇ ਕਰੀਏ ਤੇ ਭਾਰਤ ਲਗਾਤਾਰ ਸਥਿਤੀ ਤੇ ਨਜ਼ਰ ਰੱਖ ਰਿਹਾ ਹੈ। ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਬਲਰਾਮਜੀ ਦਾਸ ਟੰਡਨ ਮੈਮੋਰੀਅਲ ਲੈਕਚਰ ਨੂੰ ਸੰਬੋਧਨ ਕਰਦੇ ਹੋਣਾ ਕਿਹਾ ਕਿ ਸਰਕਾਰ ਭਾਰਤੀਆਂ ਦੀ ਸੁਰੱਖਿਆ ਦੇ ਨਾਲ-ਨਾਲ ਇਹ ਵੀ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਰਾਸ਼ਟਰ ਵਿਰੋਧੀ ਤਾਕਤਾਂ ਅਫਗਾਨਿਸਤਾਨ ਸਥਿਤੀ ਦਾ ਫਾਇਦਾ ਉਠਾਉਂਦੇ ਆ ਸਰਹੱਦਾਂ 'ਤੇ ਅਤਵਾਦ ਨੂੰ ਹੱਲਾਸ਼ੀਰ ਨਹੀਂ ਦੇਣ। ਸਰਹੱਦੀ ਸੁਰੱਖਿਆ ਵਿਸ਼ੇ ਤੇ ਲੈਕਚਰ ਦੌਰਾਨ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਹੀ ਕ ਸਥਿਰਤਾ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਅੱਗੇ ਕਿਹਾ ਕਿ ਪਾਕਿਸਤਾਨ ਦੀ ਧਿਰ ਤੋ ਇਸ ਪਾਸੇ ਵੱਲ ਜ਼ਬਰਦਸਤ ਕੋਸ਼ਿਸ਼ਾਂ ਹੋਈਆਂ ਪਰ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੇ ਹਰ ਇੱਕ ਚੁਣੌਤੀ ਦਾ ਸਾਹਮਣਾ ਹੀ ਨਹੀਂ ਕੀਤਾ ਸਕੋ ਇਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਐਲਓਸੀ ਤੇ ਗੋਲੀਬੰਦੀ ਲਈ ਰਾਜ਼ੀ ਹੋਏ ਅਤੇ ਦੋਵੇਂ ਮੁਲਕਾਂ ਵਿਚਾਲੇ ਬੇਭਰੋਸਗੀ ਸਦਕਾ ਭਾਰਤ ਇੰਤਜ਼ਾਰ ਕਰੋ ਅਤੇ ਵੇਖੋ ਦੀ ਨੀਤੀ ਅਪਣਾ ਰਿਹਾ ਹੈ ਉਹਨਾਂ ਨੇ ਉਮੀਦ ਜ਼ਾਹਿਰ ਕੀਤੀ ਕਿ ਜੇ ਜੋ ਜੰਮੂ ਕਸ਼ਮੀਰ ਵਿੱਚ ਧਾਰਾ 370 ਅਤੇ 35ੇ ਹਟਾ ਦਿੱਤੀਆਂ ਗਈਆਂ ਨੇ ਇਸ ਕਰਕੇ ਕਸ਼ਮੀਰ ਵਿੱਚ ਅਤਵਾਦ ਸਮਾਪਤ ਹੋ ਜਾਵੇਗਾ ਉਹਨਾਂ ਨੇ ਕਿਹਾ ਕਿ ਧਾਰਾ 370 ਤੇ 35A ਲਾਗੂ ਹੋਣ ਕਰਕੇ ਹੀ ਵੱਖਵਾਦੀ ਸ਼ਕਤੀਆਂ ਨੂੰ ਤਾਕਤ ਮਿਲ ਰਹੀ ਸੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਗਲਤ ਸਾਚੇ ਕਿ ਭਾਰਤ ਅਤੇ ਚੀਨ ਵਿਚਾਲੇ ਸਰਹੱਦ ਬਾਰੇ ਮਤਭੇਦ ਨੇ ਪਰ ਇਸ ਦੇ ਬਾਵਜੂਦ ਕਈ ਸਮਝੌਤਿਆਂ ਤੇ ਪ੍ਰੋਟੋਕਾਲ ਦੇ ਆਧਾਰ ਤੇ ਦੋਵੇਂ ਹੀ ਦੇਸ਼ਾਂ ਦੀਆਂ ਫੌਜਾਂ ਸਰਹੱਦਾਂ ਦੀ ਰਾਖੀ ਕਰਦੀਆਂ ਨੇ ਉਹਨਾਂ ਨੇ ਕਿਹਾ ਕਿ ਪਿਛਲੇ ਸਾਲ ਪੂਰਬੀ ਲਦਾਖ ਵਿੱਚ ਸਰਹੱਦ ਨੂੰ ਲੈ ਕੇ ਵਿਵਾਦ ਹੋਇਆ ਕਿਉਂ ਜੋ ਚੀਨੀ ਫੌਜ ਨੇ ਸਹਿਮਤੀ ਦੇ ਪ੍ਰੋਟੋਕਾਲਾਂ ਨੂੰ ਨਜ਼ਰਅੰਦਾਜ਼ ਕੀਤਾ ਉਨਾ ਜੋਰ ਦੇ ਕੇ ਕਿਹਾ ਕਿ ਭਾਰਤੀ ਜੰਨੀ ਫੌਜ ਨੂੰ ਕਿਸੇ ਵੀ ਹਾਲਤ ਵਿੱਚ ਐਲਏਸੀ ਤੇ ਇੱਕ ਤਰਫਾ ਟੰਗ ਨਾਲ ਚੱਲਣ ਦੀ ਆਗਿਆ ਨਹੀਂ ਦੇ ਸਕਦਾ। ਉਹਨਾਂ ਗਲਵਾਨ ਘਾਟੀ ਵਿੱਚ ਭਾਰਤੀ ਫੌਜ ਵੱਲੋਂ ਵੀ ਖਾਏ ਗਏ ਸੰਜਮ ਬਹਾਦਰੀ ਅਤੇ ਦਲੇਰੀ ਨੂੰ ਬੇਮਿਸਾਲ ਘrar ਦਿੰਦਿਆਂ ਕਿਹਾ ਕਿ ਸਾਡੀਆਂ ਭਵਿੱਖ ਦੀਆਂ ਪੀੜ੍ਹੀਆਂ ਇਹਨਾਂ ਬਹਾਦਰ ਸੈਨਿਕਾਂ ਤੇ ਹਮੇਸ਼ਾ ਮਾਣ ਕਰਨਗੀਆਂ। ਰੱਖਿਆ ਮੰਤਰੀ ਨੇ ਕਿਹਾ ਕਿ ਲਦਾਖ ਅਤੇ ਉੱਤਰ ਪੂਰਬ ਵਿੱਚ ਕਈ ਮੂਲ ਢਾਂਚਾ ਪ੍ਰੋਜੈਕਟ ਚੱਲ ਰਹੇ ਨੇ। ਉਹਨਾਂ ਕਿਹਾ ਕਿ ਇਹ ਮਹੱਜ ਪ੍ਰੋਜੈਕਟ ਹੀ ਨਹੀਂ ਸਗੋ ਕੌਮੀ ਸੁਰੱਖਿਆ ਗ੍ਰਿਡ ਦਾ ਮਹੱਤਵਪੂਰਨ ਹਿੱਸਾ ਵੀ ਨੇ। ਰਾਸ਼ਟਰੀ ਸੁਰੱਖਿਆ ਸੇ ਜੁੜੇ ਮੁੱ हम न राजनीत करते हैं न होने देते हैं इसलिए भारतीय सेना और सुरक्षा बलों में यह भरोसा पैदा हुआ है कि राष्ट्र रक्षा के कर्तव्य पालन में उन्हें खुली छूट रहेगी और इससे सेना और सुरक्षा बलों का आत्मविश्वास और मनोबल कितना ऊंचा हुआ है इसका अनुमान आप इसी बात से लगा सकते हैं कि पिछले सात सालों में भारत के हिंटरलैंड में एक भी बड़ी आतंकवादी घटना उन्होंने नहीं होने दी